सचखंड साहिब जिथे गुरु कलगीधर जी ने सचखंड प्याना कीता ये स्थान अति पूजनीक है जिस दे दर्शन करके मन मंगिया मुरादा मिल सकदियां हैं। अबचल नगर गोविंद गुरु का नाम जपत सुख पाया राम मन इच्छे से फल पाए करते आप बसाया नाम। दशमेश पिताजी का इस स्थान संबंधी वाक भी है कि असी इतने हर गुरसिख माई भाई की 60 साल की उम्र तक उड़ीक करते हैं। सो हर एक गुरु का सिख अपना यह फर्ज समझता है कि वह अपनी रजेव्या भरी जिंदगी विचों कीमती समा कट के इस स्थान की हाजरी भरे अते अपनी जीवन यात्रा नूं सफल बनावे। हजूर साहब विखे हर रोज़ अमृत वेले सब तो पहला गोदावरी नदी तो जल नूं चांदी दियां गागरां भर के लियाया जांदा है जिस नाल गुरु गोबिंद सिंह जी दे ते होर सिंघां दे शास्त्रां नूं इशनान करवाया जांदा है। गुरुआं दी इलाही बाणी दा कीर्तन कीता जांदा है। अरदास तो उपरंत गुरु गोबिंद सिंह जी दे अंगीठा साहिब दे द्वार खोले जांदे हन। अंगीठा साहिब अंदर गुरु महाराज जी दे ते होर सिंघां दे शास्त्र बहुत ही सुंदर तरीके नाल सजाए हुंदे हन। इन्हां दी सेवा सिर्फ एक नियुक्त कीता होया जथेदार ही कर सकता है जो सिर्फ अंगीठा साहिब दी सेवा करता है। ये बहुत ही पवित्र स्थान है जिसनूं सचखंड आखदे हन। सब तो पहला गोदावरी नदी तो जल चांदी दी गागरां भर के लियाया जाता है जिस नाल गुरु गोबिंद सिंह जी ते होर सिंघां दे शस्त्रां नूं इशनान करवाया जाता है। गुरुआं दी इलाही बाणी दा कीर्तन कीता जाता है। अरदास तो उपरंत गुरु गोबिंद सिंह जी दे अंगीठा साहिब दे द्वार खोले जाते हैं। अंगीठा साहिब अंदर गुरु महाराज जी दे ते होर सिंघां दे शास्त्र बहुत ही सुंदर तरीके नाल सजाए हुंदे हन। इन्हां दी सेवा सिर्फ इत्थे एक नियुक्त कीता होया जथेदार ही कर सकदा है जो सिर्फ अंगीठा साहिब दी सेवा करता है। ये बहुत ही पवित्र स्थान है जिस नूं सचखंड आखदे हन। Keep on.
सचखंड बसै निंदा सचखंड सचखंड बसै निंदा कर कर वे कै नजर निहा कर्मकांड की वाणी चोर इत्ते और ना कोई होरे सचखंड सचखंड बसे निंदा सचखंड ओ सचखंड बसे तुझे ही ते मेरो निस्ता
चूला लै रही हैं ये अमृत सचखंड के अंदरों आ रहा है
ਦੇਸਾਂ ਤੋਂ ਪ੍ਰਦੇਸਾਂ ਤੋਂ ਆ ਕੇ ਸਵੇਰ ਦੇ ਵੇਲੇ ਅੰਮ੍ਰਿਤ ਵੇਲੇ ਆ ਕੇ ਇੱਕ ਇੱਥੇ ਇਕੱਠੀਆਂ ਹੁੰਦੀਆਂ ਹਨ। ਅੰਮ੍ਰਿਤ ਵੇਲੇ ਇਲਾਹੀ ਬਾਣੀ ਦਾ ਕੀਰਤਨ ਹੁੰਦਾ ਹੈ। ਸੱਚਖੰਡ ਦੀ ਇਮਾਰਤ ਬਹੁਤ ਹੀ ਸੁੰਦਰ ਬਣਾਈ ਗਈ ਹੈ। ਇੱਥੇ ਬਹੁਤ ਕਢਾਈ ਅਤੇ ਮੀਨਾਕਾਰੀ ਦਾ ਕੰਮ ਬਹੁਤ ਹੀ ਚੰਗੀ ਤਰ੍ਹਾਂ ਕੀਤਾ ਗਿਆ ਹੈ। ਬਹੁਤ ਹੀ ਖੂਬਸੂਰਤ ਮਨ ਨੂੰ ਸ਼ੋਅ ਲੈਣ ਵਾਲਾ ਹੈ। ਜਥੇਦਾਰ ਇਸ ਅੰਗੀਠਾ ਸਾਹਿਬ ਦੀ ਪਹਿਲਾਂ ਸੇਵਾ ਕਰਿਆ ਕਰਦੇ ਸਨ। Thank you.
ਦੇ ਵਿੱਚ ਸੰਗਤਾਂ ਨੂੰ ਆਪੇ ਜਾਣਗੇ ਬਹੁਤ ਹੀ ਜਲਦੀ ਅਰਦਾਸ ਹੋਵੇਗੀ ਅਨਿਰੁੱਧ ਨਾਹੀ ਨਾਹੀ ਅਰਦਾਸ ਤੋਂ ਬਾਅਦ ਪਤ ਪਰਮ ਗੁਰੂ ਮਹਾਰਾਜ ਦੇ ਕੀਤਾ ਸਾਹਿਬ ਅਬ ਕਲੂ ਆਏ ਹੋਏ ਸਿੰਘ ਸਾਹਿਬਾਨਾਂ ਦੇ ਸ਼ਾਸਤਰਾਂ ਦੇ ਦਰਸ਼ਨ ਕਰਾ ਚੜ੍ਹ ਅਬ ਕਲੂ ਆਇਓ ਰੇ ਇੱਕ ਨਾਮ ਦਸਾਂ ਪਾਤਸ਼ਾਹਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਤੀ ਜੋ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਰ ਅੱਛਾ
ਅੰਤਰੀਆਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੀ ਉਰਵੀ ਵਿੱਚ ਤੇ ਅੰਗ ਨੇਮੀ ਪ੍ਰੇਮੀ ਗੁਰਮੁਖ ਪਿਆਰੇ ਸ਼ਰਧਾਵਾਨ ਅਰਜਨ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਨਗਰਾਂ ਤੋਂ ਨਗਰ ਨਿਵਾਸੀਆਂ ਵੱਲੋਂ ਜਾਣੀ ਜਾਣ ਸਤਿਗੁਰੂ ਜੀ ਇੱਕ ਇੱਕ ਮਹੀਨੇ ਵਾਸਤੇ ਰੋਜ਼ ਦੋ ਦੋ ਤਿੰਨ ਤਿੰਨ ਛੇ ਛੇ ਮਹੀਨਿਆਂ ਵਾਸਤੇ ਮਹਾਰਾਜ ਇੱਕ ਇੱਕ ਸਾਲ ਵਾਸਤੇ ਰੋਜ਼ ਉਹਨਾਂ ਪ੍ਰੇਮੀਆਂ ਵੱਲੋਂ ਕੜਾ ਪਛਾਤੀਆਂ ਦੇਗਾਂ ਹੋਇਆ ਕਰਦੀਆਂ ਹਨ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖ ਆਨੰਦ ਪ੍ਰਸੰਨਤਾ ਦਾ ਪ੍ਰਕਾਸ਼ ਕਰਨਾ ਸਦਾਈ ਹਜ਼ੂਰ ਦੇ ਦਰਸ਼ਨ ਦੀਦਾਰਿਆਂ ਦਾ ਨੇਮ ਬਣਿਆ ਰਹੇ ਗੁਰੂ ਨਾਲ ਬਣਿਆ ਵੇ ਗੁਰੂ ਨਾਨਕ ਗੀਠਾ ਸਾਹਿਬ ਅੰਦਰ ਗੁਰੂ ਮਹਾਰਾਜ ਦੇ ਹੋਰ ਸਿੰਘ ਸਾਹਿਬਾਨਾਂ ਦੇ ਸ਼ਾਸਤਰ ਪਏ ਹੋਏ ਹਨ ਜਿਸ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਨ ਇਹ ਜੋ ਜਥੇਦਾਰ ਹਨ ਸਿਰਫ ਇਹ ਹੀ ਅੰਦਰ ਦੀ ਸੇਵਾ ਕਰਦੇ ਹਨ ਸਾਹਿਬ ਨੂੰ ਬਹੁਤ ਹੀ ਪਿਆਰ ਦੇ ਨਾਲ ਸਜਾਇਆ ਗਿਆ ਹੈ ਸੰਗਤਾਂ ਆਪਣੇ ਮਨੋ ਤਨੋਂ ਇਸ ਜਗ੍ਹਾ ਦੀਆਂ ਸੇਵਾ ਕਰਦੀਆਂ ਹਨ
ਦੇਸਾਂ ਤੋਂ ਪ੍ਰਦੇਸਾਂ ਤੋਂ ਤਨ ਮਨ ਧਨ ਦੇ ਨਾਲ ਸਾਡਾ ਫਰਜ਼ ਬਣਦਾ ਹੈ ਕਿ ਗੁਰੂ ਧਾਮਾਂ ਦੀ ਸੇਵਾ ਕਰੀਏ। ਸੋਈ ਸਿੱਖ ਮੇਰਾ ਰਹਿਣੀ ਰਹੇ, ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸਕਾ ਤੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ। ਜਥੇਦਾਰ ਸਰਦਾਰ ਹਜੂਰਾ ਸਿੰਘ ਜੀ ਹਨ ਜੋ ਅੰਗੀਠਾ ਸਾਹਿਬ ਦੀ ਸੇਵਾ ਕਰਦੇ ਹਨ। ਆਓ ਆਪਾਂ ਵੀ ਸਾਰੇ ਪ੍ਰਣ ਕਰੀਏ ਕਿ ਬਾਰ ਬਾਰ ਇਸ ਸੱਚਖੰਡ ਸਾਹਿਬ ਦੇ ਦਰਸ਼ਨ ਕਰੀਏ। ਗੁਰੂ ਮਹਾਰਾਜ ਮਿਹਰ ਕਰਨ, ਜਿੱਥੇ ਵੀ ਗੁਰਸਿੱਖ ਦੇ ਗੁਰਧਾਮਾਂ ਦੀ ਕੋਈ ਵੀ ਅਸਥਾਨ ਹਨ, ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਉੱਥੇ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰੀਏ। ਗੁਰੂ ਮਹਾਰਾਜ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ। ਸਾਹਮਣੇ ਗੁਰੂ ਮਹਾਰਾਜ ਜੀ ਦੇ ਕਲਗੀ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਹੋ ਗਿਆ ਹੈ। ਰਹਿ ਬਿਨਾ ਲੈ ਸਿੱਖ ਕਹਾਵੇ, ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆ ਰਹੀਆਂ ਹਨ। ਬਣਾਈ ਹੋਈ ਰਹਿਤ ਬਿਨਾ ਦਰ ਚੋਟਾ ਖਾਵੇ, ਰਹਿਤ ਬਿਨਾ ਦਰ ਚੋਟਾ ਖਾਵੇ, ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਤੇਰਾ, ਰਹਿਣੀ ਰਹੇ ਸੋਈ ਸਿੱਖ
सितारे दिसदा एदे बचन बड़े मिठे ते प्यारे हुंदे ने सानू खालसे चंगुरां दे दीदारे हुंदे ने सानू खालसे चंगुरां दे दीदारे हुंदे ने एक श्रद्धालु गुरु पातशाह जी के चरणों में घोड़ा अर्पण करने आया है। ਪੂਰ ਦਿੱਤਦਾ ਇਹਦੇ ਵਿੱਚੋਂ
Thank you.
साहिब नदेड़ दे ब्रह्मपुरी महले विच गोदावरी नदी दे कंधे शोभा दे रहा है। गुरु गोबिंद सिंह जी जद नदेड़ आए तो पहला संगत साहिब दे अस्तार ते ही डेरे लाए। नगर निवासी संतां आके गुरु जी दी संगत कर दियां अते कथा वार्ता सुन के निहाल हो दियां। पंजाब तो गुरु जी नाल आईयां फौजां मुड़ मुड़ के गुरु जी पासों अपनी तनखा की मांग कर रही सन। सो गुरु जी ने माल टेकरी साहब के अस्थान तो मंगवाई भारी रकम संगत साहब विखे ढाला के हिसाब न खालसाई शाही फौजा विचकार वंडी। गुरुद्वारा माल टेकरी का पुरातन नाम चक्री माल से माल टिला भी दसिया जाता है। इतों दसवें पातशाह जी ने गुरु नानक देव जी की रखी गुप्त माया कढ़वा के गुरुद्वारा संगत साहब के अस्थान से फौजा विचकार तकसीम की। दसा जाता है कि गुरु गोबिंद सिंह जी ने इतने भविख वचन भी उचारिया कि साडा इतने काफ़ी खजाना पिया है। जो तो खालसे की गिनती 96 करोड़ हो जाएगी तो इतों की माया नाल खालसे विच अतुट लंगर वरताया जाएगा। है प्रतपालन पूरा ओ करनेवारा पातशाह है प्रतपालन पूरा है प्रतपालन पूरा गुरु गोबिंद सूरा ਕਾਰ ਸਾਹਿਬ ਤਖਤ ਸੱਚਖੰਡ ਸਾਹਿਬ ਤੋਂ ਸ਼ੇਖ ਉਮੀਦ ਦੇ ਫਾਸਲੇ ਤੇ ਗੋਦਾਵਰੀ ਨਦੀ ਦੇ ਤੱਟ ਉੱਤੇ ਗੁਰਦੁਆਰਾ ਸ਼ਿਕਾਰਗੜ ਸਾਹਿਬ ਦੀ ਅਲੀਸ਼ਾਨ ਅਤੇ ਗਗਨ ਚੁੰਬੀ ਸੰਗਮਰਮਰੀ ਇਮਾਰਤ ਨਾਨਕ ਦੇਵ ਗੁਰੂ ਗੋਬਿੰਦ ਰੂਪ ਦੀਆਂ ਇਤਿਹਾਸਿਕ ਸਮ੍ਰਿਤੀਆਂ ਨੂੰ ਆਪਣੇ ਵਿੱਚ ਸਮੋਈ ਬੈਠੀ ਹੈ। गुरु नानक देव जी का किसी समय अति श्रद्धालु परंतु अंत समय सरापया होया सियालकोट का वसनीक मूला खत्री जिस संबंधी गुरु ग्रंथ साहिब विच ए तुका दर्ज हन नाल किराणा दोस्ती कूड़े कूड़ी पाए मरन ना जापे भूलिया दिमुक
ਉੱਥੇ ਗੁਰਾਂ ਨੇ ਦਸਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਸਾਹੇ ਦੀ ਜੂਨੀ ਭੋਗ ਰਹੇ ਮੂਲੇ ਖੱਤਰੀ ਦਾ ਉਧਾਰ ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਮੂਲੇ ਨਾਲ ਕੀਤੇ ਵਚਨ ਨੂੰ ਪੂਰਾ ਕੀਤਾ ਸੀ। ਗੁਰਦੁਆਰਾ ਨਗੀਨਾ ਘਰ ਅਜੂਰਾ
Bye.
साहब जी 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 साहब
Thank you.
ਦੇਸਾਂ ਤੋਂ ਪਰਦੇਸਾਂ ਤੋਂ ਜੋ ਮਾਇਆ ਅਖੰਡ ਪਾਠ ਲਈ ਇਸ ਅਸਥਾਨ ਸੱਚਖੰਡ ਹਜ਼ੂਰ ਸਾਹਿਬ ਭੇਜਦੇ ਹਨ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਲਈ ਇੱਥੇ ਅਖੰਡ ਪਾਠ ਰੱਖੇ ਜਾਂਦੇ ਹਨ। ਇੱਥੇ ਦਿਨ ਰਾਤ ਇਸੇ ਤਰ੍ਹਾਂ ਅਖੰਡ ਪਾਠ ਚੱਲਦੇ ਰਹਿੰਦੇ ਹਨ। ਅਖੰਡ ਪਾਠਾਂ ਦੇ ਸਲਾਹ ਮਸ਼ਵਰੇ ਲਈ ਜਾਂ ਹੋਰ ਕਿਸੇ ਜਾਣਕਾਰੀ ਲਈ ਤੁਸੀਂ ਰਾਏ ਵੀਡੀਓ ਨੂੰ ਕੰਟੈਕਟ ਕਰ ਸਕਦੇ ਹੋ। ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ ਵਿੱਚ ਸਿੱਧਾ ਖੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਅਨੰਦਪੁਰ ਦੇ ਵਾਸੀਆਂ ਪੁੱਤਰਾਂ ਦਾਨੀਆਂ ਕੀਤੀਆਂ ਨਾ ਕਿਸੇ